ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਮੀਨੀਆ ਤੁਸੀਂ ਵੇਖ ਰਹੇ ਹੋ ਅਤੇ ਮੈਂ ਨਿਪੁਣ ਸ਼ਰਮਾ। ਅਕਸਰ ਅਸੀਂ ਫਿਲਮ ਦੀ ਸਟਾਰਕਾਸਟ ਨਾਲ ਤੁਹਾਡੀ ਮੁਲਾਕਾਤ ਕਰਾਈ ਦੀ ਆ, ਪਰ ਉਹਨਾਂ ਨਾਲ ਮੁਲਾਕਾਤ ਵੀ ਜ਼ਰੂਰੀ ਹੈ ਜੋ ਫਿਲਮਾਂ ਬਣਾਉਂਦੇ ਨੇ, ਫਿਲਮ ਮੇਕਰਸ ਨੇ, ਜੋ ਫਿਲਮਾਂ 'ਤੇ ਪੈਸਾ ਲਗਾਉਂਦੇ ਨੇ। ਸੋ ਐਸੇ ਕਿਰਦਾਰ ਮੇਰੇ ਨਾਲ ਖੜ੍ਹੇ ਨੇ ਦਿਨੇਸ਼ ਭਾਜੀ। ਭਾਜੀ ਵੈਲਕਮ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸੋ ਦਿਨੇਸ਼ ਭਾਜੀ ਦਾ ਤਾਰੁਫ ਕਰਾਈਏ ਅਤੇ ਸਪੀਡ ਰੈਕਰਡਸ, ਜੋ ਕਿ ਇੱਕ ਬਹੁਤ ਵੱਡਾ ਲੇਬਲ ਹੈ, ਮਿਊਜ਼ਿਕ ਲੇਬਲ ਔਰ ਪ੍ਰੋਡਕਸ਼ਨ ਕੰਪਨੀ ਵੀ ਹੈ, ਫਿਲਮਾਂ ਵੀ ਬਣਾਉਂਦੇ ਨੇ ਔਰ ਗਾਣੇ ਸਾਲਾਂ ਤੋਂ ਤੁਹਾਨੂੰ ਐਂਟਰਟੇਨ ਕਰਦੇ ਆ ਰਹੇ ਨੇ ਗਾਣਿਆਂ ਦੇ ਨਾਲ। ਹੁਣ ਫਿਲਮ ਆ ਰਹੀ ਹੈ ਜੱਟ ਐਂਡ ਜੂਲੀਅਟ 3, ਜੋ ਕਿ ਕੋਲੈਬੋਰੇਸ਼ਨ ਹੈ, ਸਪੀਡ ਰੈਕਰਡਸ ਵੀ ਉਸਦੇ ਵਿੱਚ ਸ਼ਾਮਿਲ ਹੈ। ਸਰ, ਉਸਦੇ ਬਾਰੇ ਪਹਿਲਾਂ ਗੱਲ ਕਰਦੇ ਹਾਂ ਕਿ ਜਦੋਂ ਹੁਣ ਦਿਲਜੀਤ ਦੋਸਾਂਝ 2012 ਵਾਲਾ ਔਰ 2024 ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ, ਬਜਟ ਵੀ ਇਹ ਵੋ, ਤਾਂ ਕਿੰਨਾ ਬਜਟ ਦਾ ਫਰਕ ਆਇਆ ਪਹਿਲਾਂ ਤਾਂ ਇਹ ਦੱਸੋ ਸਾਨੂੰ। ਪਹਿਲੀ ਗੱਲ ਤਾਂ ਜੀ, ਫਸਟ ਸੈਕਿੰਡ ਥਰਡ, ਇਹ ਸਾਡੀ ਵਾਈਟਲ ਦੇ ਨਾਲ ਥਰਡ ਕੋਲੈਬੋਰੇਸ਼ਨ ਹੈ। ਇਸ ਤੋਂ ਪਹਿਲਾਂ ਅਸੀਂ ਕਈ ਫਿਲਮਾਂ ਇਹਨਾਂ ਨਾਲ ਇਕੱਠੇ ਕੀਤੀਆਂ। ਸੋ ਜਿਹੜਾ 12 ਸਾਲ ਦਾ ਤੁਸੀਂ ਫਰਕ ਕਹਿ ਰਹੇ ਹੋ ਕਿ ਜੀ ਬਜਟ ਦੇ ਵਿੱਚ, ਨੋ ਡਾਊਟ ਕਿ 12 ਸਾਲ ਪਹਿਲਾਂ ਜੋ ਚੀਜ਼ਾਂ ਸੀਗੀਆਂ, ਅੱਜ ਨੋ ਡਾਊਟ ਹਰ ਚੀਜ਼ ਦਾ ਰੇਟ ਇੰਕਰੀਜ਼ ਹੋਇਆ, ਠੀਕ ਹੈ। ਸਟਾਰ ਕਾਸਟ ਤੋਂ ਲੈ ਕੇ ਪ੍ਰੋਡਕਸ਼ਨ ਤੱਕ ਸਾਰੀਆਂ ਚੀਜ਼ਾਂ ਦਾ ਪ੍ਰਾਈਜ਼ ਕਾਫੀ ਡਬਲ, 2-3 ਗੁਣਾ ਹੀ ਹੋ ਗਿਆ। ਸੋ ਇਹ ਵਕਤ ਦੇ ਨਾਲ ਹੀ ਹੈ। ਜੇ ਮੈਂ ਅੱਜ ਗੱਲ ਕਰਾਂ, ਉਸ ਵੇਲੇ 40 ਰੁਪਏ 50 ਰੁਪਏ ਡੀਜ਼ਲ ਸੀਗਾ, ਅਤੇ ਅੱਜ 100-150 ਰੁਪਏ 100 ਰੁਪਏ ਦਾ ਰੇਟ ਹੈ। ਸੋ ਇਹ ਵਕਤ ਦੇ ਨਾਲ ਜਿੰਨਾ ਕੁ ਰੇਟ ਇੰਕਰੀਜ਼ ਹੋਣਾ ਚਾਹੀਦਾ ਸੀ ਉਨਾ ਕੀ ਹੈ। ਪਰ ਦਿਲਜੀਤ ਦੋਸਾਂਝ ਹੋਣਾ ਦਾ ਤਾਂ ਬਿੱਲਾ ਤਾਂ ਜ਼ਿਆਦਾ ਹੀ ਹੋ ਗਿਆ, ਉਨਾ ਕੀ ਹੈ ਜੀ, ਕੋਈ ਜ਼ਿਆਦਾ ਫਰਕ ਨਹੀਂ ਪਿਆ। ਅੱਛਾ, ਪਰ ਦਿਲਜੀਤ ਉਹਨਾਂ ਨਾਲ ਤੁਹਾਡੀ ਉਸਦਾਂ ਵੀ ਉਸ ਤੋਂ ਪਹਿਲਾਂ ਵੀ ਜਿਹੜੀ ਸਾਂਝ ਰਹੀ ਹੈ, ਐਲਬਮਸ ਕੀਤੀਆਂ ਹੋਈਆਂ ਨੇ, ਕਾਫੀ ਗਾਣੇ ਉਹਨਾਂ ਨਾਲ ਕੀਤੇ ਨੇ ਜੀ। ਮੇਰੀ ਤਾਂ ਕਾਫੀ ਪੁਰਾਣਾ, ਅਸੀਂ 10-12 ਸਾਲ ਤੋਂ ਵੀ ਵੱਧ ਹੋ ਗਏ, 18-20 ਸਾਲ ਹੋ ਗਏ ਸਾਡੇ ਅਸੀਂ ਇਕੱਠੇ ਕੰਮ ਕਰ ਰਹੇ ਸੀ। ਤਾਂ ਮੈਂ ਉਹੀ ਤੁਹਾਡੇ ਕੋਲ ਜਾਣਦਾ, ਜਦੋਂ ਪਹਿਲਾਂ ਅਰਲੀਅਰ ਸਟੇਜ ਦੇ ਵਿੱਚ ਦਿਲਜੀਤ ਦੋਸਾਂਝ ਸੁਪਰ ਸਟਾਰ ਨਹੀਂ ਬਣੇ ਸੀ, ਤੁਸੀਂ ਉਦੋਂ ਤੋਂ ਜਾਣਦੇ ਉਹਨਾਂ ਨੂੰ, ਜਦੋਂ ਆਏ ਸੀਗੇ ਹਾਲੇ, ਤਾਂ ਉਦੋਂ ਕਿਵੇਂ ਦੇ ਸੀ ਦਿਲਜੀਤ ਦੋਸਾਂਝ, ਕਿਵੇਂ ਤੁਹਾਨੂੰ ਪਹਿਲਾਂ ਮਿਲੇ? ਦਿਲਜੀਤ ਜੀ ਬਾਰੇ ਮੈਂ ਹਮੇਸ਼ਾ ਇਹੀ ਗੱਲ ਕਰਦਾ, ਉਹ ਬਹੁਤ ਫਾਇਰ ਆ ਉਸ ਬੰਦੇ 'ਚ। ਸ਼ੁਰੂ ਤੋਂ ਹੀ ਮੈਂ ਜੋ ਅੱਗ ਦੇਖਦਾ ਸੀ ਕਿ ਜੋ ਉਹਨਾਂ ਦਾ ਕੰਮ ਕਰਨ ਦਾ ਸਟਾਈਲ ਸੀ, 100% ਆਪਣਾ ਕੰਮ ਦੇ ਵਿੱਚ ਯੋਗਦਾਨ, ਪ੍ਰੋਪਰ ਉਹਨਾਂ ਨੇ ਹਰ ਚੀਜ਼ ਨੂੰ ਦੇਖ ਕੇ ਸੋਚ ਕੇ ਸਮਝ ਕੇ ਕੰਮ ਕਰਨਾ, ਉਹੀ ਚੀਜ਼ਾਂ ਸੀਗੀਆਂ ਕਿ ਜਿਹੜੀਆਂ ਅੱਜ ਇੱਥੇ ਤੱਕ ਲੈ ਗਈ। ਉਹਨਾਂ ਦਾ ਟੀਚਾ ਸੀਗਾ ਕਿ ਮੈਂ ਅਚੀਵ ਕਰੂੰ, ਮੈਂ ਕਰਨਾ ਭਾਜੀ, ਮੈਂ ਇੱਦਾਂ ਕਰਨਾ। ਸੋ ਅੱਜ ਉਹ ਸਭ ਵਾਹਿਗੁਰੂ ਨੇ ਉਹਨਾਂ 'ਤੇ, ਜਿਹੜੀ ਮੈਂ ਰੱਬ ਦੀ ਮਿਹਰ ਹੈ, ਉਹਨੇ ਅੱਜ ਸਭ ਕੁਛ ਦਿੱਤਾ ਜੀ ਉਹਨਾਂ ਨੂੰ। ਉਹਨਾਂ ਦਾ 22 ਸਾਲਾਂ ਦਾ ਕੈਰੀਅਰ, ਅੱਜ ਵੀ ਉਹ ਇੰਟਰਵਿਊ 'ਚ ਇਹੀ ਕਹਿ ਰਹੇ ਸੀ ਕਿ ਮੈਂ ਕੋਈ ਅੱਜ ਦਾ ਨਹੀਂ ਆਇਆ, ਮੈਨੂੰ 22 ਸਾਲ ਦੀ ਮੇਰੀ ਸਟਰਗਲ ਹੈ, ਤਾਂ ਮੈਂ ਤਾਂ ਅੱਜ ਇਸ ਮੁਕਾਮ 'ਤੇ ਹਾਂ। ਅਤੇ ਅਸੀਂ ਉਸ ਸਟਰਗਲ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਦਾ ਪਾਰਟ ਰਹੇ ਹਾਂ, ਸਾਨੂੰ ਖੁਸ਼, ਅਸੀਂ ਆਪਣੇ ਆਪ ਨੂੰ ਖੁਸ਼ਕਿਸਮਤ ਸਮਝਦੇ ਹਾਂ। ਇਹ ਗੱਲ ਭਾਈ ਵੀ ਕ੍ਰੈਡਿਟ ਦੇਣਾ ਨਹੀਂ ਭੁੱਲਦੇ ਹੋ, ਕੋਈ ਵੀ ਇਨਸਾਨ ਦੇ ਨਾਲ ਜੁੜੇ ਹੋ, ਕ੍ਰੈਡਿਟ ਦਿੰਦੇ ਨੇ, ਚਾਹੇ ਤੁਸੀਂ ਹੋ ਜਾਂ ਉਹਨਾਂ ਦੇ ਨਾਲ ਹੋਰ ਇਨਸਾਨ ਹੋ ਜੁੜੇ ਹੋਏ ਨੇ। ਪਰ ਤੁਹਾਨੂੰ ਇਹ ਸਵਾਲ ਫਿਲਮ ਦਾ ਰਿਲੇਟਿਡ ਇਹ ਬਣਦਾ ਕਿ ਜਦੋਂ ਫਰੈਂਚਾਈਜ਼ੀ ਫਿਲਮਾਂ ਹੁੰਦੀਆਂ ਨਾ, ਮੇਕਰਸ ਬਹੁਤ ਚੀਜ਼ਾਂ ਦੇਖਦੇ ਨੇ ਕਿ ਯਾਰ ਕਹਾਣੀ ਐਸੀ ਹੋਣੀ ਚਾਹੀਦੀ ਹੈ ਕਿ ਫਰੈਂਚਾਈਜ਼ੀ ਟੁੱਟਣੀ ਨਹੀਂ ਚਾਹੀਦੀ, ਬਿਲਕੁਲ ਹੈ ਨਾ, ਉਸ ਤੋਂ ਬਾਅਦ ਤੀਜੀ ਅਤੇ ਤੀਜੀ ਤੋਂ ਬਾਅਦ ਚੌਥੀ ਵੀ ਆਵੇ, ਇੱਕ ਚੀਜ਼ ਤੁਹਾਨੂੰ ਪੂਰਾ ਧਿਆਨ 'ਚ ਰੱਖਦੇ ਹੋ ਤੁਸੀਂ ਕਹਾਣੀ ਜਦੋਂ? ਬਿਲਕੁਲ, ਇਹਦੇ ਵਿੱਚ ਸ਼ੁਰੂ ਤੋਂ ਹੀ ਜੱਗੀ ਜੀ, ਕਿਉਂਕਿ ਪਹਿਲਾਂ ਇਹਦੇ ਪਹਿਲਾਂ ਜਿਹੜੇ ਦੋਨੋਂ ਪਾਰਟ ਨੇ ਉਹ ਅਨੁਰਾਗ ਜੀ ਨੇ ਲਿਖੇ ਸੀ ਅਤੇ ਅਨੁਰਾਗ ਜੀ ਨੇ ਡਾਇਰੈਕਟ ਕੀਤੇ ਸੀਗੇ, ਬਟ ਅਨਫੋਰਚੁਨੇਟਲੀ ਉਹ ਬਹੁਤ ਜ਼ਿਆਦਾ ਬੰਬੇ ਫਿਲਮਾਂ 'ਚ ਬਿਜ਼ੀ ਹੋ ਗਏ। ਸੋ ਫਿਰ ਉਹਨਾਂ ਨੇ ਕਿਹਾ ਕਿ ਇਹ ਸਾਨੂੰ ਲੱਗਾ ਕਿ ਜਗਦੀਪ ਜੀ, ਉਹਨਾਂ ਦੇ ਕੋਲ ਬਹੁਤ ਅੱਛਾ ਆਈਡੀਆ ਸੀ, ਜੋ ਸਾਰੀ ਟੀਮ ਨੂੰ, ਦਲਜੀਤ ਜੀ ਨੂੰ, ਸਾਰਿਆਂ ਨੂੰ ਪਸੰਦ ਆਇਆ, ਅਸੀਂ ਉੱਤੇ ਹੁਣ ਕੰਮ ਕਰਕੇ ਜਗਦੀਪ ਜੀ ਨੇ ਡਾਇਰੈਕਟ ਕੀਤੀ ਹੈ। ਸੋ ਮੈਨੂੰ ਲੱਗਦਾ ਕਿ ਲੋਕਾਂ ਨੂੰ ਪੂਰਾ ਮਜ਼ਾ ਆਏਗਾ ਫਿਲਮ ਦੇਖ ਕੇ। ਮੈਨੂੰ ਲੱਗਦਾ ਅਨੁਰਾਗ ਜੀ ਨੂੰ ਲਿਆਉਣ ਦੀ ਕੋਸ਼ਿਸ਼ ਹੋ ਰਹੀ, ਕਿਉਂਕਿ ਮੇਰੀ ਜਗਦੀਪ ਸਿੱਧੂ ਜੀ ਨਾਲ ਰੀਸੈਂਟ ਇੰਟਰਵਿਊ ਹੋਈ ਸੀ, ਉਹ ਕਹਿੰਦੇ ਸੀ ਪਰ ਮੇਰੀ ਇੱਛਾ ਸੀ ਕਿ ਅਨੁਰਾਗ ਭਾਜੀ ਹੀ ਕਰਨ, ਕਹਿੰਦੇ ਉਹਨਾਂ ਦੀ ਡੇਟਸ ਨਹੀਂ ਸੀਗੀਆਂ, ਟੀਮ ਦੀ ਇੱਛਾ ਇਹ ਸੀ ਕਿ ਅਨੁਰਾਗ ਜੀ ਔਨ ਬੋਰਡ ਹੁੰਦੇ, ਬਟ ਉਹਨਾਂ ਦੀ ਆਪਣੇ ਉਹਨਾਂ ਦੇ ਰਜੇਵਿਆਂ ਕਰਕੇ ਉਹ ਨਹੀਂ ਆ ਸਕੇ, ਪਰ ਉਹਨਾਂ ਦਾ ਆਸ਼ੀਰਵਾਦ ਸਾਡੇ ਨਾਲ ਹੈ। ਸੋ ਦਲਜੀਤ ਭਾਜੀ ਦੀਆਂ ਡੇਟਸ ਮਿਲ ਜਾਂਦੀਆਂ ਹੁਣ ਅੱਜ ਦੇ ਟਾਈਮ 'ਚ?
ਈਜ਼ੀ ਭਾਅ ਜੀ 100% ਜੇ ਉਹ ਜੋ ਪ੍ਰੋਡਕਟ ਉਹਨਾਂ ਨੂੰ ਪਸੰਦ ਆ ਉਹਦੇ ਲਈ ਉਹ ਆਪਣੇ ਆਪ ਟਾਈਮ ਕੱਢਦੇ ਨੇ, ਜੋ ਚੀਜ਼ ਉਹਨਾਂ ਨੂੰ ਲੱਗਦਾ ਕਿ ਹਾਂ ਯਾਰ ਇਹ ਮੈਨੂੰ ਕਰਨੀ ਚਾਹੀਦੀ ਹੈ, ਮੇਰੇ ਆਡੀਅੰਸ ਲਈ ਮੇਰੇ ਲਈ ਅੱਛੀ ਹੈ, ਉਹਦੇ ਲਈ ਉਹ ਟਾਈਮ ਕੱਢਦੇ ਨੇ। ਇਸ ਸਪੀਡ ਰੈਕਟਸ ਤੁਸੀਂ ਚਲਾਉਂਦੇ ਹੋ, ਤੁਹਾਡੇ 'ਤੇ ਨਵਾਂ ਸਵਾਲ ਪੁੱਛਦਾ ਕਿਉਂਕਿ ਤੁਸੀਂ ਬਹੁਤ ਸਾਰੇ ਸੁਪਰ ਸਟਾਰ ਸਟਾਰ ਬਣਾਏ ਨੇ ਜੈਜ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ। ਮਾਲਕ ਬਣਾਉਂਦਾ ਜੀ, ਅਸੀਂ ਜ਼ਰੀਆ। ਤੁਸੀਂ ਜ਼ਰੀਆ, ਮਤਲਬ ਜ਼ਰੀਆ ਮਤਲਬ ਕਿ ਤੁਹਾਡੇ ਤੋਂ ਹੋ ਕੇ ਨਿਕਲੇ ਨੇ ਬਹੁਤ ਸਾਰੇ ਕਲਾਕਾਰ, ਸਪੀਡ ਰੈਕਟਸ ਨੇ ਬਹੁਤ ਲੋਕਾਂ ਨੂੰ ਮੌਕਾ ਦਿੱਤਾ। ਸੋ ਹੁਣ ਅੱਜ ਵੀ ਹੁਣ ਤੁਹਾਡਾ ਇਹੀ ਥੋਟ ਪ੍ਰੋਸੈਸ ਆ, ਜਦੋਂ ਕੋਈ ਨਵਾਂ ਆਰਟਿਸਟ ਆਉਂਦਾ ਵਾ ਸਪੀਡ ਰੈਕਟਸ, ਉੱਥੇ ਉਸੇ ਤਰੀਕੇ ਨਾਲ ਉਹਨੂੰ ਪੁਸ਼ ਕਰਦਾ? ਮੈਂ ਹਮੇਸ਼ਾ ਅਸੀਂ ਕੋਸ਼ਿਸ਼ ਹੀ ਕਰਦੀ ਹੈ ਨਵਾਂ ਟੈਲੈਂਟ, ਬਟ ਮੈਂ ਪਿਛਲੇ 3-4 ਸਾਲਾਂ ਤੋਂ ਦੇਖ ਰਿਹਾ ਕਿ ਨਾ ਥੋੜ੍ਹਾ ਜਿਹਾ ਮਾਹੌਲ ਚੇਂਜ ਹੋ ਗਿਆ। ਹੁਣ ਲੋਕਾਂ ਨੂੰ ਲੱਗਦਾ ਕਿ ਯਾਰ ਮੇਰਾ ਗਾਣਾ ਇਹ ਰੀਲ 'ਤੇ ਹਿੱਟ ਹੋ ਗਿਆ, ਆਪਣੇ ਚੈਨਲ 'ਤੇ ਮੈਂ ਪਾ ਤਾ ਇਹ ਹਿੱਟ ਹੋ ਗਿਆ ਅਤੇ ਮੈਂ ਚੱਲ ਜਾਣਾ। ਨੋ ਡਾਊਟ ਕੁਛ ਇੱਕ ਆਰਟਿਸਟ ਇੱਦਾਂ ਦੇ ਹੈ ਵੀ ਹੈ, ਬਟ ਕਿਤੇ ਨਾ ਕਿਤੇ ਫਿਊਚਰ 'ਚ ਮੈਨੂੰ ਲੱਗਦਾ ਕਿ 2-4 ਗਾਣੇ ਕੱਢਣ ਤੋਂ ਬਾਅਦ ਉਹਨਾਂ ਨੂੰ ਰਿਲਾਈਜ਼ ਹੁੰਦਾ ਕਿ ਯਾਰ ਸਾਨੂੰ ਇੱਕ ਲੇਬਲ ਨਾਲ ਕੰਮ ਕਰਨਾ ਚਾਹੀਦਾ। ਸੋ ਲੇਬਲ ਜਦੋਂ ਕਿਸੇ ਵੀ ਪ੍ਰੋਡਕਟ 'ਤੇ ਮਿਹਨਤ ਕਰਦਾ ਜਾਂ ਪੈਸੇ ਲਾਉਂਦਾ ਜਾਂ ਕੰਮ ਕਰਦਾ ਤਾਂ ਉਹ ਬਹੁਤ ਚੀਜ਼ਾਂ ਨੂੰ ਦੇਖਦਾ ਕਿ ਯਾਰ ਇਹ ਆਰਟਿਸਟ ਦਾ ਗ੍ਰਾਫ ਕਿੱਦਾਂ ਵਧੇਗਾ, ਇਹ ਆਰਟਿਸਟ ਅਪ ਕਿੱਦਾਂ ਜਾਏਗਾ, ਸਟ੍ਰੀਮਿੰਗ ਸਾਈਟਸ 'ਤੇ ਇਹਨੂੰ ਕਿੰਨਾ ਕੁ ਰਿਸਪੋਂਸ ਮਿਲ ਰਿਹਾ, ਕਿੰਨੇ ਕੁ ਬੈਨਰ ਮਿਲ ਰਹੇ, ਕਿੱਦਾਂ ਕਿੱਦਾਂ ਦੀ ਐਡ ਕਰਨੀ ਹੈ। ਨਹੀਂ ਤਾਂ ਅਦਰਵਾਈਜ਼ ਕੀ ਹੈ, ਤੁਸੀਂ ਕਹੋ ਮੈਂ ਗਾਣਾ ਕਰਨਾ, ਸਵੇਰੇ ਤੁਸੀਂ ਗਾਣਾ ਯੂਟਿਊਬ 'ਤੇ ਅਪਲੋਡ ਕਰੋ, 1,00,000 ਰੁਪਏ ਦੀ ਐਡ ਲਾਓ ਤਾਂ ਮਿਲੀਅਨ ਐਡ ਹੋ ਜਾਂਦਾ, ਮਿਲੀਅਨ ਵਿਊ ਹੋ ਜਾਂਦਾ। ਬਟ ਮੈਨੂੰ ਇੱਦਾਂ ਲੱਗਦਾ ਕਿ ਅੱਜ ਵੀ ਲੇਬਲਸ ਦੀ ਲੋੜ ਅੱਛੇ ਆਰਟਿਸਟਾਂ ਨੂੰ ਹੈ, ਕਿਉਂਕਿ ਲੇਬਲ ਤੋਂ ਇੱਕ ਸਟੈਬਲਿਸ਼ ਮਾਰਕੀਟ ਆ, ਸਟੈਬਲਿਸ਼ ਸਾਰਾ ਕੁਛ, ਉਹਨਾਂ ਕੋਲ ਫੰਕਸ਼ਨ ਆ ਵੀ ਕਿਸ ਤਰੀਕੇ ਦੇ ਨਾਲ ਗਾਣੇ ਨੂੰ ਪ੍ਰਮੋਟ ਕੀਤਾ ਜਾਵੇ। ਪਰ ਜਦੋਂ ਤੁਸੀਂ ਆਪ ਹੀ ਹੁਣ ਚੈਨਲ ਦੀ ਗੱਲ ਕੀਤੀ ਕਿ ਲੋਕ ਆਪ ਚੈਨਲ ਬਣਾ ਕੇ ਆਪਣਾ ਗਾਣਾ ਪਾ ਦਿੰਦੇ, ਇਹਦੇ ਨਾਲ ਉਹਨਾਂ ਨੂੰ ਨੁਕਸਾਨ ਹੋ ਰਿਹਾ ਜਾਂ ਤੁਹਾਨੂੰ ਹੁੰਦਾ ਨੁਕਸਾਨ? ਸਿੱਧਾ ਸਵਾਲ ਪੁੱਛਦੇ। ਕਿਸੇ ਨੂੰ ਨੁਕਸਾਨ ਨਹੀਂ, ਦੇਖੋ ਜੀ ਜਿੰਨੇ ਮਰਜ਼ੀ ਨਿਊਜ਼ ਚੈਨਲ ਆ ਜਾਣ, ਜਿੰਨੇ ਮਰਜ਼ੀ ਪੋਰਟਲ ਆ ਜਾਣ, ਜਿਹੜਾ ਪਾਪੂਲਰ ਆ, ਜਿਹਦਾ ਜਿੰਨਾ ਕੁ ਫੈਨ ਫੋਲੋਇੰਗ ਹੈ, ਜਿਹਦੇ ਨਾਲ ਜਿੰਨੇ ਕੁ ਲੋਕ ਜੁੜੇ ਨੇ ਉਹਨੂੰ, ਉਹਦੇ ਨਾਲ ਉਹ ਲੋਕਾਂ ਨੇ, ਹੁਣ ਸਾਡੇ ਕੋਲ 44 million ਦੇ ਕਰੀਬ ਸਬਸਕ੍ਰਾਈਬਰ ਬੇਸ ਹੈਗੇ, ਠੀਕ ਹੈ। ਸੋ ਅਸੀਂ ਕੋਈ ਚੀਜ਼ ਪਾਉਂਦੇ ਹਾਂ ਕਿ ਉਹ ਲੋਕਾਂ ਤੱਕ ਰੀਚ ਜਲਦੀ ਹੋ ਜਾਂਦੀ ਹੈ। ਵੈਸੇ ਜਲੰਧਰ ਤੋਂ ਤੁਹਾਡਾ ਤਾਲਕ ਹੈ? ਮੈਂ ਵੀ ਜਲੰਧਰ ਤੋਂ ਹੀ ਹਾਂ। ਜਲੰਧਰ ਮੇਰਾ ਹੋਮ ਟਾਊਨ ਹੈ ਜੀ, ਮੈਂ ਜੰਪਲ ਉੱਥੇ ਦਾ ਜੀ। ਸੋ ਮੈਂ ਵੀ ਉੱਧਰ ਜਲੰਧਰ ਤੋਂ, ਕਿ ਜਦੋਂ ਇੱਥੇ ਆਏ ਮਾਰਕੀਟ ਸੁਣਿਆ ਵੀ ਭਾਅ ਜੀ ਵੀ ਉੱਥੋਂ ਹੀ ਆ, ਮੈਂ ਕਿਹਾ ਚੰਗੀ ਗੱਲ, ਆਪਣੇ ਉੱਧਰੋਂ ਵੀ ਚੈਨਲ ਬੰਦੇ ਹੈਗੇ। ਬਟ ਇੱਕ ਤੁਹਾਡੇ ਹੁਣ ਤੁਸੀਂ, ਕਿਉਂਕਿ ਆਪਾਂ ਜੋ ਸਪੀਡ ਰੈਕਟਸ ਪੂਰਾ ਫੋਲੀਏ ਨਾ, ਸਾਨੂੰ ਦੇਖਣਾ ਪੈਣਾ ਕਿੰਨੇ ਕਿੰਨੇ ਕੀਤਾ ਕੰਮ। ਤੁਸੀਂ ਇੱਕ ਨਾਮ ਲੈ ਲਓ, ਕਿਹੜੇ ਕਿਹੜੇ ਆਰਟਿਸਟ ਨੇ ਸ਼ੁਰੂਆਤ ਕੀਤੀ ਤੁਹਾਡੇ ਤੋਂ, ਅੱਜ ਇੱਕ ਅੱਛਾ ਨਾਮ ਆ? ਮੇਰੀ ਸ਼ੁਰੂਆਤ ਦੇ ਵਿੱਚ ਜਦੋਂ ਅਸੀਂ ਕੰਪਨੀ ਸਟਾਰਟ ਕੀਤੀ, ਜੈਜ਼ੀ ਭਾਅ ਜੀ ਨੇ, ਮਾਸਟਰ ਸਲੀਮ, ਲੈਂਬਰ ਸੈਨਪੁਰੀ, AS ਕੰਗ, ਸੁਖਸ਼ਿੰਦਰ ਸ਼ਿੰਦਾ, ਗੁਰਦਾਸ ਭਾਅ ਜੀ, ਕਲੈਬਰੇਸ਼ਨ ਐਲਬਮ ਸੀ ਉਹਦੇ 'ਚ, ਅਬਰਾਰ ਹੁਲਾਕ ਗੁਰਦਾਸ ਭਾਅ ਜੀ ਦਾ ਗਾਣੇ ਸੀ, ਮੈਨੂੰ ਲੱਗਦਾ ਕਿ ਬੱਬੂ ਮਾਨ ਜੀ, ਮੈਂ ਤਾਂ ਤਕਰੀਬਨ ਹੁਣ ਸਾਰਿਆਂ ਨਾਲ ਕੰਮ ਕਰ ਚੁੱਕਾ, ਸਿੱਧੂ ਮੂਸੇਵਾਲਾ, ਕਰਨ ਔਜਲਾ, ਸਾਡੀ ਕੰਪਨੀ 'ਤੇ ਤੁਹਾਨੂੰ ਹਰ ਆਰਟਿਸਟ ਦਾ ਗਾਣਾ ਮਿਲੇਗਾ ਮੈਨੂੰ ਲੱਗਦਾ। ਆਲਮੋਸਟ ਜਿੰਨੇ ਵੀ ਪੁਰਾਣੇ ਆਰਟਿਸਟ ਨੇ ਅਸੀਂ ਸਾਰਿਆਂ ਨਾਲ ਕੰਮ ਕੀਤਾ, ਸਭ ਦਾ ਆਸ਼ੀਰਵਾਦ ਸਾਡੇ ਨਾਲ ਹੈ। ਸੋ ਗਾਣੇ ਕਈ ਵਾਰੀ ਕੀ ਹੁੰਦਾ ਜਦੋਂ ਸਾਨੂੰ ਸਾਈਟਸ, ਅੱਜ ਕੱਲ੍ਹ ਤਾਂ ਐਪਲੀਕੇਸ਼ਨ ਸਾਈਟਸ ਆ ਗਈਆਂ, ਸਾਵਨ ਐਂਡ ਜੇ ਉਹ ਉੱਥੇ ਪ੍ਰੋਵਾਈਡ ਮਿਲ ਜਾਂਦੇ, ਪਾਇਰੇਸੀਜ਼ ਕਰਕੇ ਤੁਸੀਂ ਕਿੰਨਾ ਕੁ ਐਕਸ਼ਨ ਲਿਆ ਹੋਇਆ ਆਪਣੀ ਮਿਊਜ਼ਿਕ, ਕਿਉਂਕਿ ਪਾਇਰੇਸੀ ਕਰਕੇ ਨੁਕਸਾਨ ਬਹੁਤ ਹੁੰਦਾ ਇੱਕ ਪ੍ਰੋਡਿਊਸਰ ਨੂੰ? ਬਿਲਕੁਲ, ਅੱਜ ਵੀ ਪਾਇਰੇਸੀ ਬਹੁਤ ਆ ਜੀ, ਸਟ੍ਰੀਮਿੰਗ ਸਾਈਟ ਤੋਂ ਇਲਾਵਾ ਕਈ ਇੱਦਾਂ ਦੀਆਂ ਲੋਕਲ DJ ਜੋਲ ਵਰਗੀਆਂ ਸਾਈਟਸ ਨੇ ਜਿਹੜੀਆਂ ਯਾਨੀ ਕਿ ਲੀਗਲ ਨਹੀਂ ਨੇ, ਪਾਗਲ ਵਰਲਡ ਕਰਕੇ ਕਈ ਇੱਦਾਂ ਦੀਆਂ ਵੈਬਸਾਈਟਸ ਨੇ ਜਿਹੜੀਆਂ ਕਿ ਗਾਣੇ ਸੁਣਾ ਰਹੀਆਂ ਲੋਕਾਂ ਨੂੰ, ਅਤੇ ਉਹ ਦੇਖੋ ਜੀ, ਉਹ ਓਵਰਆਲ ਤਾਂ ਇੰਡਸਟਰੀ ਦਾ ਨੁਕਸਾਨ ਤਾਂ, ਜੋ ਅਸੀਂ ਪਹਿਲਾਂ ਵੀ ਜਦੋਂ ਕਰਦੇ ਸੀਗੇ ਤਾਂ ਮੈਨੂੰ ਯਾਦ ਹੈ ਅਸੀਂ ਰੇਡ ਮਾਰੀਆਂ ਸੀ ਇੱਕ ਟਾਈਮ 'ਤੇ, ਪੂਰੇ ਪੰਜਾਬ 'ਚ 40 ਜਗ੍ਹਾ ਰੇਡ ਕੀਤੀਆਂ ਸੀ,
ਤੇ ਲੱਖਾਂ ਨਹੀਂ ਕਰੋੜਾਂ ਦੀ ਤਾਦਾਦ ਨਾਲ ਅਸੀਂ ਸੀੜੀਆਂ ਫੜੀਆਂ ਸੀ। ਸ਼ਾਇਦ ਯੂਟਿਊਬ 'ਤੇ ਤੁਹਾਨੂੰ ਕਿਤੇ ਕਲਿੱਪ ਮਿਲ ਜਾਏ ਅਤੇ ਉਹ ਲੁਧਿਆਣਾ, ਜਲੰਧਰ, ਅੰਮ੍ਰਿਤਸਰ, ਅਸੀਂ ਸਾਰੀ ਇੱਕ ਐਸ ਐਸ ਪੀ ਸਾਹਿਬ ਨਾਲ ਪੂਰੇ ਟਾਰਗੇਟ ਬਣਾ ਕੇ ਕਰੋੜਾਂ ਦੀ ਸੀੜੀ ਫੜੀ ਸੀ। ਬਟ ਉਸ ਵੇਲੇ ਵੀ ਪਾਇਰੇਸੀ ਸੀ, ਅੱਜ ਪਾਇਰੇਸੀ ਡਿਜੀਟਲ ਦੀ ਹੋ ਗਈ ਹੈ, ਠੀਕ ਹੈ। ਪਾਇਰੇਸੀ ਰੁਕਣ ਦਾ ਨਾਮ ਨਹੀਂ, ਜੇ ਪਾਇਰੇਸੀ ਰੁਕ ਜਾਏ ਤਾਂ ਪੰਜਾਬੀ ਮਿਊਜ਼ਿਕ ਇੰਡਸਟਰੀ ਜਿੰਨਾ ਅੱਜ ਗਰੋ ਕਰ ਰਹੀ ਹੈ, ਇਹ 'ਚ ਜਿੰਨਾ ਪੈਸਾ ਆਏਗਾ ਉਨਾ ਪੈਸਾ ਟ੍ਰੇਡ 'ਤੇ ਲੱਗਣਾ। ਦੇਖੋ ਇਹਦੇ 'ਚ ਜਿੰਨੇ ਵੀ ਸੀ, ਚਾਹੇ ਕੋਈ ਵੀ ਵੱਡੇ ਤੋਂ ਵੱਡਾ ਲੇਬਲ ਹੈ, ਉਹਦਾ ਟਾਰਗੇਟ ਇਹੀ ਰਹਿੰਦਾ ਕਿ ਯਾਰ ਅੱਜ ਮੈਂ 100 ਕਮਾਇਆ, ਮੈਂ ਕੱਲ੍ਹ 150 ਹੋਰ ਕਿਸੇ ਆਰਟਿਸਟ 'ਤੇ ਲਾਵਾਂ। ਬਟ ਨੋ ਡਾਊਟ ਕਿਤੇ ਨਾ ਕਿਤੇ ਪਾਇਰੇਸੀ ਨੇ ਹਮੇਸ਼ਾ ਨੁਕਸਾਨ ਕੀਤਾ ਮਿਊਜ਼ਿਕ ਇੰਡਸਟਰੀ ਦਾ ਬਹੁਤ। ਨਹੀਂ ਜੀ, ਅੱਜ ਦੇ ਟਾਈਮ ਦੇ ਵਿੱਚ ਗਾਣਾ ਜਾਂ ਫਿਲਮ ਨੂੰ ਪ੍ਰਮੋਟ ਕਰਨਾ ਨਾ ਅਲੱਗ ਹੋ ਗਿਆ ਬਹੁਤ ਲੈਵਲ। ਬਹੁਤ ਜ਼ਿਆਦਾ ਤੁਸੀਂ ਡਿਜੀਟਲੀ ਪ੍ਰਮੋਟ ਕਰਦੇ ਹੋ, ਉੱਤੇ ਐਡ ਲਗਾਓ, ਫਿਰ ਤੁਸੀਂ ਇੱਕ ਪੀ ਆਰ ਕੰਪਨੀ ਹਾਇਰ ਕਰੋ, ਜਾਂ ਤੁਸੀਂ ਜਿਹੜੀਆਂ ਬਿਲੀਵਸ ਐਂਡ ਆਲਮੋਸਟ ਜਿਹੜੀਆਂ ਸਟ੍ਰੀਮਸ ਹੈਗੀਆਂ ਜਿਹੜੀ ਪ੍ਰਮੋਟ ਕਰਦੀਆਂ ਉਹਨਾਂ ਨੂੰ ਹਾਇਰ ਕਰਦੇ ਹੋ। ਤੁਹਾਨੂੰ ਨਹੀਂ ਲੱਗਦਾ ਕਿ ਹੁਣ ਜ਼ਿਆਦਾ ਮਿਊਜ਼ਿਕ ਨੂੰ ਐਜ਼ ਏ ਸਿੰਗਰ ਜੇ ਕੋਈ ਨਵਾਂ ਬੰਦਾ ਆਵੇ ਉਹਨੂੰ ਬਹੁਤ ਪੈਸਾ ਚਾਹੀਦਾ? ਮੈਂ ਤਾਂ ਤੁਸੀਂ ਜੇ ਮੈਂ ਜ਼ਿਆਦਾ ਲੰਬਾ ਬੈਕ ਨਹੀਂ ਲੈ ਕੇ ਜਾਊਂਗਾ, 4-5 ਸਾਲ ਪਿੱਛੇ ਲੈ ਕੇ ਜਾਂਦਾ, ਅਤੇ ਲੋਕ ਕਹਿੰਦੇ ਸੀ ਯਾਰ ਯੂਟਿਊਬ 'ਤੇ ਗਾਣਾ ਪਾਓ, ਯੂਟਿਊਬ ਤੋਂ ਬਾਅਦ ਥੋੜ੍ਹੀ ਬਹੁਤੀ ਐਡ ਲਾਓ, ਗਾਣਾ ਚੱਲ ਪੈਂਦਾ। ਹੁਣ ਤਾਂ ਲੋਕਾਂ ਕੋਲ ਪੇਸ਼ੈਂਸ ਅਤੇ ਟਾਈਮ ਨਹੀਂ ਰਹਿ ਗਿਆ, ਹੁਣ ਤਾਂ 30 ਸੈਕਿੰਡ 'ਚ ਲੋਕ ਰੀਲ ਐਂ ਕਰਦੇ ਰਹਿੰਦੇ ਨੇ, ਜਿੱਥੇ ਜਾ ਕੇ ਉਂਗਲੀ ਉਹਨਾਂ ਨੂੰ ਜਿਹੜੀ ਚੀਜ਼ ਚੰਗੀ ਲੱਗਦੀ ਹੈ ਉਹਨੂੰ ਹੀ ਦੱਬਦੇ ਨੇ। ਅਦਰਵਾਈਜ਼ ਤੁਸੀਂ ਦੇਖੋ 1 ਘੰਟੇ 'ਚ ਨਾ ਨਾ ਕਰਦੇ ਬੰਦਾ 1000 ਰੀਲ ਕੱਢ ਦਿੰਦਾ, ਠੀਕ ਹੈ। ਸੋ ਇਸ ਕਰਕੇ ਕੀ ਹੈ, ਹੁਣ ਲੋਕਾਂ ਦਾ ਵਿਜ਼ਨ, ਲੋਕਾਂ ਦਾ ਸਟਾਈਲ ਚੇਂਜ ਹੋ ਗਿਆ, ਲੋਕਾਂ ਕੋਲ ਪੇਸ਼ੈਂਸ ਜਾਂ ਟਾਈਮ ਕਹਿ ਲਓ ਟਾਈਮ ਹੈਗਾ, ਬਟ ਉਹ ਸੁਣਨਾ ਨਹੀਂ ਚਾਹੁੰਦੇ। ਅੱਜ ਅੱਛੇ ਗਾਣੇ ਦੀ ਵੀ ਜਦੋਂ ਅਸੀਂ ਯੂਟਿਊਬ 'ਤੇ ਜਾ ਕੇ ਸਰਚ ਕਰਦੇ ਹਾਂ ਇੱਕ ਵਧੀਆ ਸੁਪਰ ਹਿੱਟ ਗਾਣਾ, ਉਹਦਾ ਜਦੋਂ ਟਾਈਮ ਲਾਈਨ ਚੈੱਕ ਕਰਦੇ ਹਾਂ ਤਾਂ ਵੱਧ ਤੋਂ ਵੱਧ 1 ਤੋਂ 1.5 ਮਿੰਟ ਹੀ ਸੁਣਿਆ ਹੁੰਦਾ ਲੋਕਾਂ ਨੇ, ਵਿਊਜ਼ ਮਿਲੀਅਨ 'ਚ ਹੋ ਜਾਂਦੇ ਨੇ। ਬਟ ਬੈਕ ਐਂਡ 'ਤੇ ਜਦੋਂ ਅਸੀਂ ਚੈੱਕ ਕਰਦੇ ਹਾਂ ਯਾਰ ਲਿਸਨ ਕਿੰਨੇ ਕਿੰਨੇ ਲੋਕਾਂ ਨੇ ਕੀਤਾ, ਲੋਕਾਂ ਨੇ ਸਬਸਕ੍ਰਾਈਬ ਕੀਤਾ, ਸੁਣਿਆ 1.5 ਮਿੰਟ ਸੁਣਿਆ, ਫਿਰ ਮੁੜ ਕੇ ਬੰਦ ਕਰਤਾ। ਸੋ ਇਹ ਗਾਣਿਆਂ ਦੀ ਬੁਨਿਆਦ ਇਹ ਹੋਈ, ਅਸੀਂ ਕਈ ਵਾਰੀ ਦੇਖਦੇ ਹਾਂ ਗਾਣਾ ਪਾਈਦਾ, 15 ਮਿੰਟ ਬਾਅਦ ਲੋਕ ਕਹਿੰਦੇ ਯਾਰ ਨਵਾਂ ਕਦੋਂ ਆਊਗਾ, ਅਸੀਂ ਕਹਿੰਦੇ ਯਾਰ ਹਾਲੇ 15 ਮਿੰਟ ਪਹਿਲਾਂ ਇਹ ਗਾਣਾ ਪਾਇਆ, ਲੱਖਾਂ ਦਾ ਬਜਟ ਲੱਗਾ, ਤੁਸੀਂ ਇਹਦਾ ਤਾਂ ਮਜ਼ਾ ਲੈ ਲਓ, ਹੈ ਨਾ। ਇਹ ਤਾਂ ਹੋ ਗਈ ਭਾਅ ਜੀ, ਆਹ ਦੇ ਗਾਣੇ ਸੁਣਨੇ ਭਾਅ ਜੀ, ਤੁਸੀਂ ਅਗਲੀ ਐਲਬਮ ਕਰੋ ਜੀ, ਇਹਦਾ ਅਗਲਾ ਗਾਣਾ ਕਰੋ, ਇਹਦਾ ਕਰੋ, ਉਹ ਲੋਕਾਂ 'ਚ ਪੇਸ਼ੈਂਸ ਜਾਂ ਕਹਿ ਲਓ ਕਿ ਲੋਕਾਂ ਨੂੰ ਲੱਗਦਾ ਕਿ ਬਸ ਜਲਦੀ ਜਲਦੀ ਸਭ ਕੁਝ ਹੋ ਜਾਏ। ਇੱਕ ਤੁਹਾਨੂੰ ਆਖਰੀ ਸਵਾਲ, ਕੈਸਟ ਦਾ ਦੌਰ ਵੀ ਸੀ, ਤੁਸੀਂ ਉਹ ਵੀ ਉਹ 'ਚ ਵੀ ਆਪਣੇ ਗਾਣੇ ਦਿੱਤੇ, ਅਤੇ ਅੱਜ ਹੈਗਾ ਯੂਟਿਊਬ 'ਚ ਜਿਸ ਗਾਣੇ ਰੈਵੈਨਿਊ ਆਉਂਦਾ, ਰੈਵੈਨਿਊ ਕੈਸਟ ਵਾਲੇ ਦੌਰ 'ਚ ਜ਼ਿਆਦਾ ਆਉਂਦਾ ਸੀ ਕਿ ਯੂਟਿਊਬ ਵਾਲੇ ਦੌਰ 'ਚ? ਇਹ ਬਰਾਬਰ ਹੀ ਹੈ ਜੀ, ਯੂਟਿਊਬ 'ਤੇ ਵੀ ਰੈਵਨਿਊ ਬਹੁਤ ਅੱਛਾ ਸੀ, ਅਤੇ ਅੱਜ ਦੀ ਡੇਟ 'ਚ ਜਿਹੜਾ ਕੈਸਟ ਸੀ ਡੀ ਦਾ ਰੈਵਨਿਊ ਵੀ ਸੀ ਉਹ ਵੀ ਠੀਕ ਸੀਗਾ, ਉਸ ਵੇਲੇ ਦੇ ਹਿਸਾਬ ਨਾਲ 1 ਖਰਚੇ ਸੀ, ਅੱਜ ਜੇ ਡਿਜੀਟਲ ਦੇ ਹਿਸਾਬ ਨਾਲ ਦੇਖੀਏ ਤਾਂ ਅੱਜ 1 ਖਰਚੇ ਨੇ, ਠੀਕ ਹੈ। ਉਦੋਂ ਗਾਣਾ ਜੇ 1 ਲੱਖ ਰੁਪਏ ਦਾ ਬਣਦਾ ਸੀ ਤਾਂ ਅੱਜ 10 ਲੱਖ ਦਾ ਬਣਦਾ, ਸੋ ਇਸ ਇਕੁਅਲ ਟੂ ਬਰਾਬਰ ਹੀ ਹੈ। ਹੁਣ ਕਮਿੰਗ ਬੈਕ ਟੂ ਜੱਟ ਐਂਡ ਜੂਲੀਅਸ 3, ਕਿਉਂਕਿ ਉਹਦੇ ਲਈ ਆਪਾਂ ਖੜੇ ਹਾਂ, ਸੋ 27 ਜੂਨ ਨੂੰ ਇਹ ਫਿਲਮ ਆ ਰਹੀ ਹੈ, ਓਵਰਸੀਜ਼ ਕਿੱਥੇ ਕਿੱਥੇ ਲੈ ਕੇ ਆ ਰਹੇ ਹੋ ਫਿਲਮ ਨੂੰ? ਇੰਡੀਆ ਪੂਰੇ ਵਰਲਡ ਦੇ ਵਿੱਚ ਫਿਲਮ ਲੱਗ ਰਹੀ ਹੈ, ਜਿੱਥੇ ਜਿੱਥੇ ਪੰਜਾਬੀ ਵੱਸਦੇ ਨੇ, ਯੂਰਪ, ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ, ਦੁਬਈ, ਪਾਕਿਸਤਾਨ, ਹਰ ਜਗ੍ਹਾ ਇਹ ਫਿਲਮ ਲੱਗ ਰਹੀ ਹੈ, ਪਾਕਿਸਤਾਨ 'ਚ ਵੀ ਲੱਗ ਰਹੀ ਹੈ, ਵੀ ਸੇਮ ਡੇ ਲੱਗ ਰਹੀ ਹੈ ਜੀ। ਸੋ ਇਹ ਬਹੁਤ ਅੱਛਾ ਰਿਸਪੋਂਸ ਮਿਲ ਰਿਹਾ, ਆਲਰੇਡੀ ਕੈਨੇਡਾ ਅਤੇ ਅਮਰੀਕਾ ਦੇ ਵਿੱਚ 80% ਵੀਕ ਦੀਆਂ ਟਿਕਟਾਂ ਸੋਲਡ ਹੋ ਚੁੱਕੀਆਂ ਨੇ। ਸੋ ਮੈਂ ਸਭ ਨੂੰ ਅਪੀਲ ਵੀ ਕਰਦਾ, ਰਿਕੁਐਸਟ ਕਰਦਾ, ਜਲਦੀ ਤੋਂ ਜਲਦੀ ਆਪਣੀਆਂ ਟਿਕਟਾਂ ਪ੍ਰੀ ਬੁੱਕ ਕਰ ਲਓ, ਐਡਵਾਂਸ, ਕਿਉਂਕਿ ਐਡਵਾਂਸ ਬੁਕਿੰਗ ਹਰ ਜਗ੍ਹਾ ਖੁੱਲ੍ਹ ਚੁੱਕੀ ਹੈ। ਹਾਂਜੀ, ਐਡਵਾਂਸ ਬੁਕਿੰਗ ਖੁੱਲ੍ਹ ਚੁੱਕੀ ਹੈ ਔਰ ਤੁਹਾਡੀ ਮੋਸਟ ਅਵੇਟਡ ਫਿਲਮ ਆ ਰਹੀ ਹੈ 27 ਜੂਨ ਨੂੰ, ਸੋ ਦੇਖਦੇ ਰਹੋ ਪੰਜਾਬੀ ਮੀਨੀਆ। ਅਤੇ ਪੰਜਾਬੀ ਸਿਨੇਮਾ ਦੀਆਂ ਹੋਰ ਤਾਜ਼ਾ ਅਪਡੇਟਸ ਦੇ ਲਈ ਜੁੜੇ ਰਹੋ ਸਾਡੀ ਵੈਬਸਾਈਟ www.punjabimania.com, ਨਾਲੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਸਬਸਕ੍ਰਾਈਬ ਬਟਨ। ਰੱਬ ਰਾਖਾ।